ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਸਾਰਿਆਂ ਨੂੰ? ਉਮੀਦ ਕਰਦਾ ਵਧੀਆ ਹੋਗੇ ਅਤੇ ਵਧੀਆ ਰਹਿਣੇ ਚਾਹੀਦੇ। ਜੋ ਹੈ ਸਾਰਿਆਂ ਨੂੰ ਪਤਾ ਲੱਗ ਗਿਆ ਹੋਗਾ, ਟਾਈਟਲ ਥੰਬਨੇਲ ਦੇਖ ਕੇ ਗਿਆ ਇਸਦਾ ਵਲੌਗ ਕਿਸ ਲਈ ਹੈ। ਅੱਜ ਹੈਗੀ ਹੈ 22 ਮਾਰਚ ਅਤੇ ਕੱਲ੍ਹ ਮੇਰਾ ਹੈਗਾ ਬਰਥਡੇ, ਅਤੇ ਇਸ ਲਈ ਮੈਂ ਹੁਣੇ ਕਰ ਰਿਹਾ ਹੈਗਾ ਕਿਉਂਕਿ ਆਪਾਂ ਸਵੇਰੇ ਸਵੇਰੇ ਨਿਕਲਣਾ ਹੈਗਾ, ਬੱਸ 'ਤੇ ਜਾਣਾ ਹੈਗਾ। ਬਾਕੀ ਸਾਰੀ ਮੇਰੀ ਜਿਹੜੀ ਟੀਮ ਹੈ ਉਹ ਅੰਮ੍ਰਿਤਸਰ ਪਹੁੰਚ ਜਾਣਗੇ ਸਕੂਲ ਦੇ ਨਾਲ ਹੀ। ਹੁਣ ਤੁਸੀਂ ਪੁੱਛੋਗੇ ਅਸੀਂ ਅੰਮ੍ਰਿਤਸਰ ਸਾਰੇ ਕਿਉਂ ਜਾ ਰਹੇ ਹੈਗੇ, ਕਿਉਂਕਿ ਸਾਡਾ ਉੱਥੇ ਹੈਗਾ ਇੱਕ ਪ੍ਰੈਜੈਂਟੇਸ਼ਨ ਹੈ। ਸਾਨੂੰ ਜਿਹੜੇ ਸਾਡਾ ਸਕੂਲ ਹੈਗਾ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਉਹਦੇ ਅੰਮ੍ਰਿਤਸਰ ਜਿਹੜੀ ਬ੍ਰਾਂਚ ਹੈ ਉੱਥੇ ਬੁਲਾਇਆ ਗਿਆ ਕੀਰਤਨ ਕਰਨ ਲਈ, ਅਤੇ ਮੈਂ ਆਪਣੀ ਸਾਰੀ ਟੀਮ ਦੇ ਨਾਲ ਪਹਿਲਾਂ ਜਾਣਾ ਸੀਗਾ। ਸੋਚਿਆ ਸੀਗਾ ਕਿ ਮੈਂ ਚੱਲ ਜਾ, ਅਤੇ ਫਿਰ ਪਾਪਾ ਕਹਿੰਦੇ ਕਿ ਤੇਰਾ ਬਰਥਡੇ ਵੀ ਉੱਥੇ ਸੈਲੀਬ੍ਰੇਟ ਕਰ ਲੈਂਦੇ ਹਾਂ ਕਿਉਂਕਿ 23 ਤਰੀਕ ਨੂੰ ਜਾਣਾ ਮੇਰਾ ਬਰਥਡੇ ਹੁੰਦਾ 23 ਤਰੀਕ ਨੂੰ, ਅਤੇ ਕਹਿੰਦੇ ਅਸੀਂ ਸਾਰੇ ਉੱਥੇ ਸੈਲੀਬ੍ਰੇਟ ਹੀ ਕਰ ਲਾਂਗੇ। ਅਤੇ ਫਿਰ ਮੈਂ ਆਪਣੇ ਮੰਮੀ ਪਾਪਾ ਨਾਲ ਚੱਲਾਂ, ਉਹ ਸਾਰੇ ਉੱਥੇ ਕਾਰ 'ਤੇ ਪਹੁੰਚ ਜਾਣਗੇ, ਅਤੇ ਸਵੇਰੇ ਸਵੇਰੇ ਨਿਕਲਣਾ ਸੀ ਇਸ ਲਈ ਮੈਂ ਕਿਹਾ ਹੁਣੇ ਕਰ ਦਿੰਦਾ ਹੈਗਾ ਮੈਂ ਇੰਟਰੋ। ਅਤੇ ਸਵੇਰੇ ਸਵੇਰੇ ਕਈ ਵਾਰੀ ਮੂਡ ਨਹੀਂ ਹੁੰਦਾ, ਨੀਂਦ ਤੁਹਾਨੂੰ ਪਤਾ ਹੀ ਹੈ ਮੈਂ ਘੁੰਮ ਕਰਨ ਹੈਗਾ, ਮੈਂ ਸੁਣਦਾ ਇੱਦਾਂ ਹੈਗਾ। ਸਵੇਰੇ ਸਵੇਰੇ ਉੱਠਾਂਗੇ, ਤਿਆਰ ਹੋਵਾਂਗੇ, ਸਿੱਧਾ ਨਿਕਲਾਂਗੇ, ਫਿਰ ਉਹਦੇ ਦਿਖਾਵਾਂਗੇ ਤੁਹਾਨੂੰ। ਹੁਣ ਨਿਕਲ ਗਏ ਆਪਾਂ ਬੱਸ ਸਟੈਂਡ ਲਈ, ਕਿਉਂਕਿ ਅਸੀਂ ਫੜਨੀ ਆ ਜਲਦੀ ਜਲਦੀ ਬੱਸ, 6 ਵਜੇ ਦਾ ਟਾਈਮ ਹੋ ਰਿਹਾ ਹੈਗਾ, ਅਤੇ ਚਲੋ ਬੱਸ ਸਟੈਂਡ। ਅਤੇ ਹੁਣ ਪਹੁੰਚ ਗਏ ਅਸੀਂ ਬੱਸ ਸਟੈਂਡ, ਇੱਦਾਂ ਟੈਕਸੀ ਕਰਕੇ ਆਏ ਸੀਗੇ ਅਤੇ ਉਹਦੀ ਟੈਕਸੀ, ਅਤੇ ਚਲੋ ਹੁਣ ਬੱਸ ਸਟੈਂਡ ਚੱਲਦੇ ਹਾਂ, ਅਤੇ ਮੰਮੀ ਪਾਪਾ ਨਾਲ ਆ ਗਿਆ। ਹੁਣ ਪਹੁੰਚ ਗਏ ਆਪਾਂ ਬੱਸ ਸਟੈਂਡ, ਅਤੇ ਚੱਲੇ ਹਾਂ ਹੁਣ, ਅਤੇ ਮਿਲਿਆ ਬੱਸ, ਲੱਭਦੇ ਹਾਂ ਫਿਰ ਕਿਹੜੀ ਆਊਗੀ, ਕਿਉਂਕਿ ਬੁੱਕ ਤਾਂ ਕਰਾਈ ਥੋੜ੍ਹੀ ਡਿਜ਼ਾਈਨ ਨਹੀਂ ਹੋਈ, ਅਤੇ ਆਪਾਂ ਹੁਣ ਲੱਭਦੇ ਹਾਂ ਬੱਸ, ਅਤੇ ਕਹਿੰਦੇ ਹਾਂ ਹੁਣ ਇੱਧਰ ਮਿਲ ਗਈ ਆ ਬੱਸ, ਇੱਦਾਂ ਲਈ ਹੁਣ ਤਾਂ ਅੰਮ੍ਰਿਤਸਰ ਵਾਲੀ, ਅਤੇ ਚਲੋ ਹੁਣ ਬੱਸ 'ਚ ਬਹਿ ਗਏ ਹੈਗੇ ਹਾਂ, ਟਿਕਟ ਕਟਵਾਉਂਦੇ ਹਾਂ ਅਤੇ ਚੱਲਦੇ ਹਾਂ ਅੰਮ੍ਰਿਤਸਰ। ਪਹੁੰਚ ਗਿਆ ਹੁਣ ਅੰਮ੍ਰਿਤਸਰ ਦੇ ਬੱਸ ਅੱਡੇ, ਉੱਥੋਂ ਬੱਸ ਤੋਂ ਉਤਰਿਆ ਹੁਣੇ, ਅਤੇ ਇੱਧਰ ਹੁਣ ਚੱਲੇ ਹਾਂ ਅੱਗੇ, ਅਤੇ ਜਿੱਥੇ ਆਪਣਾ ਹੈਗਾ ਕੀਰਤਨ ਉੱਥੇ ਹੁਣ ਜਾਣਾ, ਅਤੇ ਹੁਣ ਚੱਲੇ ਹੈਗੇ ਹਾਂ ਅਸੀਂ ਬੱਸ ਅੱਡੇ ਦੇ ਬਾਹਰੋਂ ਹੀ ਅਸੀਂ ਆਟੋ ਫੜ ਲਿਆ ਹੈਗਾ, ਅਤੇ ਚਲੋ ਹੁਣ ਚੱਲੀਏ ਬ੍ਰਾਂਚ 'ਤੇ ਜਿੱਥੇ ਸਾਨੂੰ ਬੁਲਾਇਆ ਗਿਆ ਕੀਰਤਨ ਕਰਨ ਲਈ। ਪਹੁੰਚ ਗਏ ਆਪਾਂ ਜਿੱਥੇ ਅਸੀਂ ਆਉਣਾ ਸੀਗਾ, ਅਤੇ ਚਲੋ ਹੁਣ ਐਂਟਰੀ ਕਰਾਉਂਦੇ ਹਾਂ ਅਤੇ ਬਾਕੀ ਟੀਮ ਦੀ ਵੇਟ ਕਰਦੇ ਹਾਂ। ਅਤੇ ਹੁਣ ਪਤਾ ਲੱਗਿਆ ਸਾਨੂੰ ਕਿ ਇਹ ਤਾਂ ਮੇਨ ਬ੍ਰਾਂਚ ਹੈਗੀ ਆ, ਪਰ ਸਾਨੂੰ ਕਿਸੇ ਹੋਰ ਬ੍ਰਾਂਚ ਬੁਲਾਇਆ ਗਿਆ, ਅਤੇ ਅਸੀਂ ਗਲਤੀ ਨਾਲ ਇੱਥੇ ਆ ਗਏ ਹਾਂ, ਅਤੇ ਚਲੋ ਹੁਣ ਚੱਲੀ ਉੱਥੇ। ਹੁਣ ਪਹੁੰਚ ਗਏ ਆਪਾਂ ਜਿੱਥੇ ਹੈਗਾ, ਪਹਿਲਾਂ ਅਸੀਂ ਮੇਨ ਬ੍ਰਾਂਚ ਪਹੁੰਚ ਗਏ ਸੀਗੇ, ਅਤੇ ਹੁਣ ਇੱਦਾਂ ਦੀ ਇਹ ਸਜਾਵਟ ਕੀਤੀ ਹੋਈ ਹੈ, ਅਤੇ ਬਾਕੀ ਟੀਮ ਆ ਰਹੀ 10 ਮਿੰਟ ਤੱਕ, ਅਤੇ ਬਸੰਤ ਰਾਗ ਦਾ ਜਿਹੜਾ ਦਰਬਾਰ ਹੈ, ਵੈਸੇ ਕੰਪੀਟੀਸ਼ਨ ਨਹੀਂ ਹੈ ਇੱਧਰ, ਇੱਧਰ ਦੀ ਆਪਣੀ ਪ੍ਰੈਜੈਂਟੇਸ਼ਨ ਹੈ ਹਰ ਇੱਕ ਸਕੂਲ ਦੀ, ਅਤੇ ਬਾਕੀ ਆਪਣਾ ਸਕੂਲ ਵੀ ਆਉਂਦਾ ਹੈਗਾ, ਅਤੇ ਤੁਹਾਨੂੰ ਸਾਰਿਆਂ ਨਾਲ ਮਿਲਾਵਾਂਗੇ। ਇੱਧਰ ਅੰਦਰ ਬੱਚੇ ਸਜੇ ਹੋਏ ਆ, ਅਤੇ ਇੱਧਰ ਲੰਗਰ ਪਾਣੀ ਵੀ ਚੱਲ ਰਿਹਾ ਚਾਹ ਮੱਠੀ ਦਾ, ਅਤੇ ਹੁਣ ਉਡੀਕ ਕਰ ਰਿਹਾ ਮੈਂ ਆਪਣੇ ਸਕੂਲ ਦੀ, ਅਤੇ ਆਉਂਦੇ ਹਾਂ ਸਾਰੇ। ਫਿਰ ਜਿੱਦਾਂ ਆਪਣਾ 11 ਵਜੇ ਦਾ ਟਾਈਮ ਹੈ, ਅਤੇ ਹੁਣ ਹਲੇ 10 ਵਜੇ ਦੇ ਕਰੀਬ ਹੀ ਹੋਇਆ ਟਾਈਮ, ਤਾਂ ਕਰਕੇ ਥੋੜ੍ਹੀ ਦੇਰ ਪ੍ਰੈਕਟਿਸ ਕਰਾਂਗੇ ਥੋੜ੍ਹੀ ਜਿਹੀ, ਫਿਰ ਆਪਾਂ ਬੈਠਾਂਗੇ ਸਟੇਜ 'ਤੇ। ਅਤੇ ਇੱਧਰ ਬਣਿਆ ਹੋਇਆ ਰਿਸੈਪਸ਼ਨ, ਅੰਮ੍ਰਿਤਸਰ ਸਾਹਮਣੇ ਦਰਬਾਰ ਸਾਹਿਬ ਹੈ, ਗੇਟ ਤੋਂ ਬਾਹਰ ਲੰਗਰ ਹਾਲ ਵਾਲਾ ਪਾਸਾ ਸਕੂਲ ਆ ਗਿਆ ਸੁਰਮਨ ਦਾ, ਅਤੇ ਲੰਗਰ ਪਾਣੀ ਚੱਲ ਰਿਹਾ।
ਇੱਥੇ ਸਮਾਗਮ ਚੱਲ ਰਿਹਾ ਪ੍ਰਾਗਰਾਸ ਅੰਮ੍ਰਿਤਸਰ। ਹੁਣ ਇੱਥੇ ਸ਼ੁਰੂ ਹੋ ਗਿਆ ਹੈਗਾ ਬਸੰਤ ਰਾਜ ਦਾ ਜਿਹੜਾ ਕੀਰਤਨ ਹੈਗਾ ਉਹ ਸ਼ੁਰੂ ਹੋ ਗਿਆ ਹੈਗਾ। ਅਤੇ ਪਹਿਲੀ ਵਾਰੀ ਇਹਨਾਂ ਬੱਚਿਆਂ ਦੀ ਸੀਗੀ ਅਤੇ ਦੇ ਹੈਗੇ ਵਾਰੀ, ਇਸ ਤੋਂ ਬਾਅਦ ਆਪਣੀ ਸੈਕਿੰਡ ਲਾਸਟ ਵਾਰੀ ਹੈਗੀ ਹੈ। ਅਤੇ 5 ਟੀਮਾਂ ਆਈਆਂ ਹੋਈਆਂ ਟੋਟਲ ਇੱਥੇ, ਅਤੇ ਪਹਿਲੀ ਟੀਮ ਹੈਗੀ ਹੈ। ਸੋ ਇਹ ਹੈਗੀ ਹੈ 3rd ਟੀਮ ਅਤੇ 4th ਆਪਣੀ ਹੈਗੀ ਹੈ ਵਾਰੀ। ਅਤੇ ਹੁਣ ਅਸੀਂ ਪਿੱਛੇ ਸੱਜ ਕੇ ਬਹਿ ਗਏ ਹੈਗੇ ਹਾਂ ਅਤੇ ਇਹ ਆਪਣਾ ਖਤਮ ਕਰਦੇ ਹਾਂ, ਅਤੇ ਉਸ ਤੋਂ ਬਾਅਦ ਸਾਡੀ ਆਊਗੀ। ਜੇ ਤੁਸੀਂ ਉਹ ਇਹਨਾਂ ਦੀ ਫੁੱਲ ਵੀਡੀਓ ਦੇਖਣਾ ਚਾਹੁੰਦੇ ਹੋ ਸ਼ਬਦ ਦੀ, ਤਾਂ ਉਹ ਲਿੰਕ ਡਿਸਕ੍ਰਿਪਸ਼ਨ 'ਚ ਹੈਗਾ, ਜਾ ਕੇ ਤੁਸੀਂ ਉੱਥੇ ਦੇਖ ਸਕਦੇ ਹੋ। ਸੋ ਹੁਣ ਇੱਥੇ ਆ ਗਈ ਹੁਣ ਆਪਣੀ ਵਾਰੀ, ਅਤੇ ਤੁਸੀਂ ਇਹ ਸਾਡਾ ਜਿਹੜਾ ਪੂਰਾ ਕੀਰਤਨ ਹੈ ਉਹ ਸੁਣਨਾ ਚਾਹੁੰਦੇ ਹੋ ਤਾਂ ਉਹ ਚੈਨਲ 'ਚ ਪਿਆ ਹੋਇਆ, ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਅਤੇ ਨੀਚੇ ਡਿਸਕ੍ਰਿਪਸ਼ਨ 'ਚ ਲਿੰਕ ਦਿੱਤਾ ਹੋਇਆ, ਉੱਥੇ ਟੈਪ ਕਰਕੇ ਵੀ ਸੁਣ ਸਕਦੇ ਹੈਗੇ ਹੋ। ਅਤੇ ਕਿੱਦਾਂ ਲੱਗਿਆ ਇੱਥੇ ਵੀ ਕਮੈਂਟ ਕਰ ਦੇਣਾ, ਅਤੇ ਉੱਥੇ ਵੀਡੀਓ ਦੇ ਵਿੱਚ ਵੀ ਕਮੈਂਟ ਕਰ ਦੇਣਾ, ਅਤੇ ਥੋੜ੍ਹਾ ਜਿਹਾ ਤੁਸੀਂ ਇੱਥੇ ਸੁਣ ਲਓ। ਸਾਡੇ ਤੋਂ ਬਾਅਦ ਇੱਕ ਹੋਰ ਟੀਮ ਦਾ ਕੀਰਤਨ ਹੋਇਆ GT ਰੋਡ ਵਾਲੀ ਜਿਹੜੀ ਮੇਨ ਬ੍ਰਾਂਚ ਹੈਗੀ ਹੈ ਸਾਡੇ ਸਕੂਲ ਦੀ, ਜਿੱਥੇ ਅਸੀਂ ਪਹਿਲਾਂ ਗਲਤੀ ਨਾਲ ਪਹੁੰਚ ਗਏ ਸੀਗੇ, ਉਹਨਾਂ ਦਾ ਕੀਰਤਨ ਕੀਤਾ। ਅਤੇ ਉਸ ਤੋਂ ਬਾਅਦ ਇੱਥੇ ਕਵਿਤਾ ਗਾਇਨ ਕੀਤੀ ਗਈਆਂ, ਛੋਟੇ ਤੋਂ ਲੈ ਕੇ ਵੱਡੇ ਬੱਚਿਆਂ ਤੱਕ ਸਾਰਿਆਂ ਨੇ ਕਵਿਤਾ ਬਹੁਤ ਸੁਣੀਆਂ ਸੀਗੀਆਂ। ਅਤੇ ਉਤਸ਼ਾਹਿਤ ਕੀਤਾ ਜਾ ਰਿਹਾ ਸੀਗਾ ਕਿ ਹੋਲੀ ਨੂੰ ਛੱਡ ਕੇ ਹੋਲਾ ਮਹੱਲਾ ਮਨਾਉਣ ਲਈ, ਉਹਨਾਂ ਸਾਰੀਆਂ ਕਵਿਤਾ ਵਿੱਚੋਂ ਇੱਕ ਕਵਿਤਾ ਸਾਡੇ ਚੈਨਲ 'ਤੇ ਪਈ ਹੋਈ। ਅਤੇ ਇੱਥੇ ਖਤਮ ਹੋ ਗਿਆ ਸਾਰਾ ਕੀਰਤਨ ਦਰਬਾਰ, ਅਰਦਾਸ ਹੋ ਗਈ, ਅਨੰਦ ਸਾਹਿਬ ਪੜਿਆ ਗਿਆ ਸੀਗਾ, ਹੁਕਮਨਾਮਾ ਵੀ ਦਿੱਤਾ ਗਿਆ, ਅਤੇ ਹੁਣ ਇੱਥੇ ਦੇਗ ਵਰਤਾ ਰਹੇ ਹਾਂ, ਦੇਗ ਵਰਤਾ ਕੇ ਛੱਕਦੇ ਹਾਂ ਆਪਾਂ ਲੰਗਰ। ਇਹ ਛੱਕ ਕੇ ਅਸੀਂ ਇੱਧਰ ਆ ਗਏ ਹੈਗੇ ਹਾਂ ਬਾਹਰ ਬਹਿਣ ਲਈ, ਅਤੇ ਸਾਹਮਣੇ ਚੱਲਣੀ ਪਈ ਹੈਗੀ ਹੈ, ਨਾਨ ਛੋਲੇ ਦਾ ਲੰਗਰ ਹੈਗਾ, ਅਤੇ ਚਲੋ ਬੈਠੇ ਛੱਕੀਏ। ਅਤੇ ਇੱਥੇ ਹੁਣ ਆ ਗਿਆ ਸਾਡਾ ਲੰਗਰ, ਅਤੇ ਚਲੋ ਲੰਗਰ ਛੱਕੀਏ। ਅਤੇ ਹੁਣ ਆਪਾਂ ਚੱਲੇ ਹੈਗੇ ਹਾਂ ਇੱਧਰ ਡੋਮੀਨੋਸ ਪੀਜ਼ਾ, ਜਿਹੜਾ ਦਰਬਾਰ ਸਾਹਿਬ ਦੀ ਮਾਰਕੀਟ ਵਿੱਚ ਹੀ ਹੈਗਾ, ਹੈਰੀਟੇਜ ਜਿਹੜੀ ਸਟਰੀਟ ਹੈਗੀ ਹੈ ਉਹਦੇ ਵਿੱਚ ਹੀ ਹੈਗਾ। ਅਤੇ ਹੁਣ ਚੱਲੇ ਹੈਗੇ ਹਾਂ, ਸਾਰੀ ਟੀਮ ਨੂੰ ਅਸੀਂ ਕਹਿਤਾ ਉੱਥੇ ਆਪਾਂ ਸੈਲੀਬ੍ਰੇਟ ਕਰਾਂਗੇ, ਪੀਜ਼ਾ ਪਾਰਟੀ ਕਰਾਂਗੇ, ਅਤੇ ਚਲੋ ਹੁਣ ਚੱਲੀਏ ਡੋਮੀਨੋਸ ਪੀਜ਼ਾ। ਅਤੇ ਹੁਣ ਇੱਧਰ ਅਸੀਂ ਆ ਗਏ ਹੈਗੇ ਹਾਂ ਮਾਰਕੀਟ ਦੇ ਵਿੱਚ, ਅਤੇ ਤੁਸੀਂ ਰਸ਼ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਰਸ਼ ਹੈਗਾ। ਅਤੇ ਅਸੀਂ ਪਹਿਲਾਂ ਪਹੁੰਚ ਗਏ ਸੀਗੇ, ਅਤੇ ਹੁਣ ਬਾਕੀ ਸਾਰੀ ਟੀਮ ਵੀ ਆ ਗਈ ਹੈਗੀ ਇੱਧਰ ਡੋਮੀਨੋਸ ਪੀਜ਼ਾ। ਅਤੇ ਇੱਧਰ ਹੁਣ ਸਾਰੀ ਟੀਮ ਬਹਿ ਗਈ ਹੈ, ਅਤੇ ਇੱਧਰ ਜਿਹੜਾ ਵੀ ਕੇਕ ਦੇਖ ਰਹੇ ਹੋ ਮਾਸੀ ਜੀ ਲੈ ਕੇ ਆਏ ਆ, ਅਤੇ ਸਾਰੇ ਫੈਮਲੀ ਆਏ ਆ ਮਾਸੀ ਜੀ ਦੀ। ਅਤੇ ਹੁਣ ਇੱਧਰ ਸੂਜਲ ਵੀਰ ਲੈਣ ਗਏ ਪਲੇਟਾਂ, ਅਤੇ ਆ ਗਏ ਬਾਕੀ ਸਾਰੇ ਆਪਾਂ, ਬਾਕੀ ਸਾਰੀ ਤਿਆਰੀਆਂ ਹੈਗੀਆਂ, ਅਤੇ ਫੋਟੋਆਂ ਵੀ ਚੱਲ ਰਹੀਆਂ। Happy birthday to
ਇੱਥੇ ਸਾਰੇ ਜਣੇ ਖਾ ਰਹੇ ਪੀਜ਼ਾ ਅਤੇ ਨਾਲ ਹੁਣ ਮੰਮੀ ਇੱਧਰ ਪਾ ਰਹੇ ਹੈਗੇ ਆ ਕੇਕ ਪਲੇਟਾਂ 'ਚ, ਅਤੇ ਹੁਣ ਬਾਕੀ ਸਾਰੀ ਟੀਮ ਖਾ ਕੇ ਚਲੀ ਗਈ ਸੀ ਕੇਕ ਅਤੇ ਪੀਜ਼ਾ, ਅਤੇ ਹੁਣ ਮਾਸੀ ਹੋਣੀ ਅਤੇ ਅਸੀਂ ਖਾ ਰਹੇ ਹੈਗੇ ਹਾਂ ਪੀਜ਼ਾ, ਅਤੇ ਇਸ ਤੋਂ ਬਾਅਦ ਚੱਲਾਂਗੇ ਆਪਾਂ ਗੋਲਡਨ ਟੈਂਪਲ ਮੱਥਾ ਟੇਕਣ ਲਈ। ਆਪਾਂ ਪਹੁੰਚ ਚੁੱਕੇ ਹਾਂ ਦਰਬਾਰ ਸਾਹਿਬ, ਪੰਗਤ ਵਾਹਵਾ, ਜੋੜਾ ਘਰ 'ਚ ਬਹੁਤ ਜ਼ਿਆਦਾ ਰਸ਼, ਮਹਿਵਾਰੀ ਆ ਗਈ ਆਪਣੀ ਵੀ, ਅਤੇ ਸ਼ਨੀਵਾਰ ਦਿਨ ਹੈ, ਕੱਲ ਐਤਵਾਰ ਹੈ, ਸੰਗਤ ਬਹੁਤ ਜ਼ਿਆਦਾ। ਤੰਬਾਕੂ ਰਹਿਤ ਖੇਤਰ, ਇਹ ਸਕਰੀਨਾਂ ਵੀ ਲੱਗ ਚੁੱਕੀਆਂ ਇੱਥੇ ਤੰਬਾਕੂ ਬਾਰੇ ਜਾਣਕਾਰੀ ਚੱਲਦੀ ਰਹਿੰਦੀ ਹੈ। ਅਤੇ ਹੁਣ ਇੱਥੇ ਅਸੀਂ ਪਰਿਕਰਮਾ ਕਰਦੇ ਹੋਏ ਇੱਧਰ ਆ ਗਏ ਹੁਣ ਅਜਾਇਬ ਘਰ ਦੇਖਣ ਲਈ, ਅਤੇ ਇੱਥੇ ਜ਼ਿਆਦਾਤਰ ਫੋਟੋਗ੍ਰਾਫੀ ਕਰਨਾ ਅਤੇ ਵੀਡੀਓ ਬਣਾਉਣਾ ਮਨ ਹੈਗਾ, ਇਸ ਲਈ ਮੈਂ ਇੱਥੇ ਘੱਟ ਹੀ ਬਣਾਊਂਗਾ ਵੀਡੀਓ। ਹੁਣ ਇੱਧਰ ਬੈਠੇ ਹੋਏ ਹਰਿਮੰਦਰ ਸਾਹਿਬ ਦੇ ਕੋਲ ਸਾਹਮਣੇ ਬੈਠੇ ਹੋਏ ਹਾਂ, ਅੰਦਰ ਜਾਣ ਦੀ ਤਾਂ ਹਿੰਮਤ ਹੈ ਨਹੀਂ, ਥੱਕੇ ਹੋਏ ਹਾਂ ਥੋੜ੍ਹੇ, ਹੁਣ ਥੋੜ੍ਹੀ ਦੇਰ ਤੱਕ ਜਾਵਾਂਗੇ, ਪਾਣੀ ਸੁਣ ਰਹੇ ਹਾਂ, ਚੱਲਦੀ ਵੀ ਹੈ ਪਾਣੀ, ਅਤੇ ਸੁਣੋ ਰਸ਼ ਤਾਂ ਕਾਫੀ ਹੈਗਾ ਅੱਜ, ਪਰ ਹੁਣ ਆਏ ਹਾਂ ਅਤੇ ਮੱਥਾ ਟੇਕ ਕੇ ਜਾਵਾਂਗੇ ਜੀ। ਇੱਧਰ ਹੁਣ ਪਰਿਕਰਮਾ ਕਰਕੇ ਮੱਥਾ ਟੇਕ ਕੇ ਅਸੀਂ ਆ ਗਏ ਹੈਗੇ ਹਾਂ ਗੋਲਡਨ ਟੈਂਪਲ ਦੇ ਬਾਹਰ, ਇੱਥੇ ਸਟਰੀਟ 'ਤੇ, ਅਤੇ ਕੁਝ ਸ਼ੋਪਿੰਗ ਕਰ ਰਹੇ ਹੈਗੇ, ਮੰਮੀ ਕੁਛ ਚੁੰਨੀਆਂ ਪਸੰਦ ਆਈਆਂ ਸੀ ਅਤੇ ਉਹ ਲੈ ਲਈਆਂ ਹੈਗੀਆਂ ਆਪਾਂ, ਅਤੇ ਇੱਧਰ ਹੁਣ ਪਾਪਾ ਖਾਣ ਲੱਗੇ ਹੈਗੇ ਗੋਲ ਗੱਪੇ ਅਤੇ ਖਾਂਦੇ ਹਾਂ, ਅਤੇ ਬਾਕੀ ਘੁੰਮਦੇ ਹਾਂ ਸਟਰੀਟ, ਅਤੇ ਉਸ ਤੋਂ ਬਾਅਦ ਚੱਲਦੇ ਹੈਗੇ ਹਾਂ ਵਾਪਸ, ਫਿਰ ਚੱਲਦੇ ਹਾਂ ਬੱਸ ਸਟੇਸ਼ਨ ਅਤੇ ਲੁਧਿਆਣੇ ਲਈ ਫੜਦੇ ਹਾਂ ਬੱਸ। ਹੁਣ ਇੱਦਾਂ ਹੀ ਅਸੀਂ ਇੱਧਰ ਸ਼ੋਪਿੰਗ ਕਰਦੇ ਕਰਦੇ ਘੁੰਮਦੇ ਪਏ ਹਾਂ, ਅਤੇ ਇੱਥੇ ਮੈਨੂੰ ਦਿਖਿਆ ਹੈ ਸਵੀਟਸ ਵੇਚ ਰਹੇ ਅੰਕਲ, ਅਤੇ ਮੈਨੂੰ ਕਾਫੀ ਸੋਹਣੀ ਲੱਗੀ, ਕਾਫੀ ਅਲੱਗ ਅਲੱਗ ਤਰ੍ਹਾਂ ਦੀ ਇਹਨਾਂ ਨੇ ਸਵੀਟ ਲਗਾਈਆਂ ਹੋਈਆਂ, ਅਤੇ ਇਸ 'ਤੇ ਲਈ ਗਾੜੀਆਂ ਅਸੀਂ ਸ਼ੋਟ ਵੀ ਪਾਇਆ ਉਹ ਵੀ ਦੇਖਦੇ। ਹੁਣ ਲੁਧਿਆਣੇ ਲਈ ਫੜ ਲਈ ਹੈ ਬੱਸ, ਮੈਂ ਬੱਸ ਅੱਡੇ 'ਤੇ ਤਾਂ ਇਸ ਲਈ ਵੀ ਬਣਾਈ ਕਿਉਂਕਿ ਰਸ਼ ਕਾਫੀ ਸੀਗਾ, ਅਤੇ ਚਲੋ ਹੁਣ ਤੁਹਾਨੂੰ ਲੁਧਿਆਣੇ ਪਹੁੰਚ ਗਏ। ਪਹੁੰਚ ਗਏ ਸੀਗੇ ਹੁਣ ਆਪਾਂ ਲੁਧਿਆਣੇ, ਅਤੇ ਕਾਫੀ ਲੇਟ ਹੋ ਗਿਆ ਸੀ ਸਾਨੂੰ ਪਹੁੰਚਦੇ ਪਹੁੰਚਦੇ ਕੱਲ੍ਹ, ਅਤੇ ਕਾਫੀ ਥੱਕ ਗਿਆ ਸੀਗਾ ਯਾਰ, ਬਹੁਤ ਜ਼ਿਆਦਾ ਸਫ਼ਰ ਕਰ ਲਿਆ ਇੱਕ ਦਿਨ 'ਚ ਹੀ, ਸਫ਼ਰ ਵੀ ਕੀਤਾ ਗਾਇਆ ਵੀ, ਫਿਰ ਉੱਥੇ ਪਰਿਕਰਮਾ ਵੀ ਕੀਤੀ, ਥੱਕ ਗਿਆ ਸੀ ਮੈਂ ਕਾਫੀ, ਅਤੇ ਆ ਕੇ ਸਿੱਧਾ ਮੈਂ ਲੰਮੇ ਪਿਆ ਸੋਇਆ ਵਾਂ, ਅਤੇ ਹੁਣ ਮੈਂ ਕਰ ਰਿਹਾ ਆਊਟਰੋ, ਮੈਂ ਹੁਣ ਕਰਦੀ ਆਊਟਰੋ ਹੈ ਨਾ ਬਾਈ, ਨਹੀਂ ਤਾਂ ਵਲੋਗ ਖਤਮ ਨਹੀਂ ਹੋਣਾ ਆਪਣਾ, ਅਤੇ ਉਮੀਦ ਕਰਦਾ ਤੁਹਾਨੂੰ ਵਲੋਗ ਦੇਖ ਕੇ ਵਧੀਆ ਲੱਗਿਆ ਹੋਗਾ, ਜੇ ਵਧੀਆ ਲੱਗਿਆ ਤਾਂ ਤੁਹਾਨੂੰ ਪਤਾ ਹੀ ਹੈ ਲਾਈਕ ਕਰ ਦੇਣਾ, ਚੈਨਲ 'ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਦੇਣਾ, ਜਿੱਦਾਂ ਦਾ ਵੀ ਲੱਗਿਆ ਹੋਏਗਾ ਵਲੋਗ ਕਮੈਂਟ ਕਰ ਦੇਣਾ, ਐਂਡ ਥੈਂਕਸ ਫੋਰ ਵਾਚਿੰਗ। We'll be right back.